नमस्कार, आप देख रहे हैं प्राइम न्यूज 24। मैं हूं आपके साथ श्वेता सिंह। जिला गुरदासपुर के बटाला के नजदीकी गांव चीन रेलवाला में बन रहे अडानी के अनाज स्टोर को जाने वाले रास्ते पर किसानों ने दिन रात का धरना चल रहा है। तभी से ही किसानों ने चल रहा काम वहां पर रुकवा रखा है। इस धरने में यहाँ किसान मर्द शमूलियत करते दिखाई दे रहे हैं, वहीं किसान महिलाएं भी अपने बच्चों सहित भारी तादाद में शमूलियत कर रही हैं। वहीं इस धरने में लंगर की सेवा भी दिन रात चल रही है। इस धरने को लेकर किसानों का कहना है कि ये धरना अडानी के गोदामों को जाने वाले रास्तों पर लगाया गया है, क्योंकि जब तक कृषि कानूनों को लेकर कोई फैसला नहीं हो जाता तब तक कॉरपोरेट घरानों के चल रहे कामों को रोक कर रखा जाएगा। वहीं किसानों का कहना है कि बीते कल जो केंद्र सरकार ने किसानों के साथ दिल्ली में जो मीटिंग की है, उस मीटिंग में दो कानून वापस लेने की बात कही गई है। उसमें से पराली जलाने को लेकर 65% किसान तो पहले से ही जागरूक हो चुके हैं और पराली जलानी बंद कर दी है। दूसरी तरफ से बिजली शोध बिल के कानून को लेकर किसानों का कहना था कि इस कानून में किसानों के हक में फैसला लेना भी केंद्र सरकार की एक चाल है, क्योंकि केंद्र सरकार और मजदूर व्यापारी वर्ग में फूट डलवाना चाहती है ताकि किसानी आंदोलन को दबाया जा सके। उनका कहना था कि मोदी सरकार ने अडानी अंबानी घरानों से मोटी कमाई खाई है, इसलिए यह कृषि कानून मोदी सरकार के गले की हड्डी बन चुके हैं, इसलिए यहां कानून वापस लेने में समय लगाया जा रहा है। वहीं किसान बीबीओ का कहना था कि मोदी सरकार ने पहले एयरपोर्ट, रेलवे और बिजली महकमा निजी हाथों में बेच दिया था, अब हमारी मिट्टी हमारी जमीन के भी छीन कर कॉरपोरेट घरानों को बेचना चाहती है। वहीं उनका कहना था कि हमारे बच्चों के भविष्य का सवाल है और हम अपने बच्चों के भविष्य को गुलाम नहीं करना चाहते, और जब तक केंद्र सरकार तीनों कृषि कानून वापस नहीं लेती तब तक धरने प्रदर्शन जारी रहेंगे। प्राइम न्यूज 24 के लिए जतेंद्र कुंडल की रिपोर्ट। ਜਿਹੜੀ ਇਹ ਮੀਟਿੰਗ ਹੋਈ ਆ ਬੜੀ ਸਦਭਾਵਨਾ ਨਾਲ ਹੋਈ ਆ, ਸਾਰੇ ਉਹਨਾਂ ਨੇ ਬਹੁਤ ਵਧੀਆ ਰਿਸਪੋਂਸ ਮਿਲਿਆ ਗੌਰਮੈਂਟ ਵੱਲੋਂ, ਪਰ ਸਾਨੂੰ ਉਹਨਾਂ ਦੀ ਨੀਅਤ 'ਤੇ ਬਹੁਤ ਸ਼ੱਕ ਹੈ ਅਜੇ ਵੀ, ਕਿਉਂਕਿ ਜਿਹੜੇ ਦੋ ਬਿੱਲਾਂ ਦੇ ਰਾਜ ਕਰਦੇ ਨੇ ਵਾਪਸ ਲੈ ਲੈਂਦੇ ਹਾਂ। ਇੱਕ ਜਿਹੜਾ ਪਰਾਲੀ ਵਾਲਾ ਹੈਗਾ, ਪਰਾਲੀ 'ਤੇ ਆਲਰੇਡੀ ਜੱਟ ਜਿਹੜਾ 60% ਲੋਕ ਬਾਲ ਲੀਨ ਲੂ ਨਹੀਂ ਰਹੇ, ਉਹ ਤਾਂ ਪਹਿਲਾਂ ਹੀ ਜੱਟ ਜਾਗਰਤ ਹੋ ਚੁੱਕੇ ਵਾਲੇ ਵੀ ਇਹ ਪੋਲਿਊਸ਼ਨ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਉਹਦਾ ਤਾਂ ਕੋਈ ਮਤਲਬ ਹੀ ਆ ਨਹੀਂ। ਜਿਹੜਾ ਦੂਜਾ ਬਿੱਲ ਕਹਿ ਰਿਹਾ ਜਿਹੜਾ ਬਿਜਲੀ ਦਾ ਸੁਧਾਰ ਬਿੱਲ ਕਰਦੇ ਨੇ ਜੱਟਾਂ ਨੂੰ ਚੋਂ ਬਾਹਰ ਕੱਢ ਦਿੰਦੇ ਆ, ਉਹਦੇ ਵਿੱਚ ਉਹਨਾਂ ਨੀਤ ਸਾਫ਼ ਨਹੀਂ ਕੀ। ਉਹ ਸਾਡੇ ਜਿਹੜਾ ਮੋਰਚਾ ਦਿੱਲੀ ਦੇ ਵਿੱਚ ਲੱਗਾ ਹੋਇਆ ਹੈ ਨਾ, ਉਹਨੂੰ ਫੇਲ ਕਰਨ ਵਾਸਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ ਵੱਖੋ ਵੱਖ ਕਰਕੇ ਇਹਨਾਂ ਨੂੰ ਵੱਖਰਾ ਕੀਤਾ ਜਾਏ, ਇਹਨਾਂ ਦੀ ਏਕਤਾ ਜਿਹੜੀ ਭੰਗ ਕਰ ਦਿੱਤੀ ਜਾਵੇ। ਉਹ ਮੀਟਿੰਗ ਵਿੱਚ ਉਹਨਾਂ ਨੇ ਸਿਰਫ ਇੱਕ ਨਾਲ ਚਾਲ ਖੇਡੀ ਆ। ਉਹਨੂੰ ਲੱਗਦਾ ਕਿਉਂ ਨਹੀਂ ਫਿਰ ਜਿਹੜੇ ਬਾਕੀ ਖੇਤੀ ਬਿੱਲ ਹੈਗੇ ਆ ਉਹਨਾਂ ਉੱਤੇ ਕਿਉਂ ਨਹੀਂ ਉਹ ਕੋਈ ਫੈਸਲਾ ਲੈ ਪਾ ਰਹੇ? ਵੇਖੋ ਜੀ, ਉਹਨਾਂ ਬੇਲੇ ਉੱਤੇ ਉਹ ਤਕਰੀਬਨ ਜਿਹੜੇ ਆ ਨਾ ਜਿੰਨੀਆਂ ਵੀ ਸਾਡੀਆਂ ਮੀਟਿੰਗਾਂ ਹੋਈਆਂ ਕਿਸਾਨਾਂ ਦੀਆਂ, ਉਹਨਾਂ ਦੇ ਵਿੱਚੋਂ ਮੰਨ ਚੁੱਕੇ ਆ ਕਿ ਇਹ ਜਿਹੜੇ ਬਿੱਲ ਆ ਗਲਤ ਆ। 31-32 ਸੌਦਾ ਦੇ ਵਿੱਚ ਆਉਂਦੇ ਸਾਰੀ 'ਚ ਕਰ ਦਿੰਦੇ ਆ, ਪਰੰਤੂ ਉੱਥੇ ਖਾਲੀ ਡੱਬਾ ਰੱਖਣ ਦਾ ਕੀ ਫਾਇਦਾ? ਖਾਲੀ ਡੱਬਾ ਰੱਖਣ ਦਾ ਉਹਨਾਂ ਦਾ ਇਹ ਮਤਲਬ ਹੈ ਕਿ ਜਦੋਂ ਮਰਜ਼ੀ ਫਿਰ ਇਹਦੇ ਵਿੱਚ ਆਪਾਂ ਕਾਨੂੰਨ ਮਰੋੜ ਕੇ ਇਹਦੇ ਵਿੱਚ ਡੱਬੇ ਫਿਰ ਪਾਈ ਜਾਵਾਂਗੇ ਅਤੇ ਫਿਰ ਇਹ ਕਾਨੂੰਨ ਲਾਗੂ ਕਰ ਦੇਵਾਂਗੇ, ਪਰ ਉਹ ਸਾਨੂੰ ਮਨਜ਼ੂਰ ਨਹੀਂ ਗਾ। ਇਹ ਧਰਨੇ ਨੂੰ ਅੱਜ 8ਵਾਂ ਦਿਨ ਹੋ ਗਿਆ ਜੀ, ਇਹ ਲਗਾਤਾਰ ਚੱਲ ਰਿਹਾ ਵਾ, ਦਿਨ ਰਾਤ ਇੱਥੇ ਹੀ ਇੱਥੇ ਬੈਠੇ ਹੋਏ ਹਾਂ। ਇਹ ਜਿਹੜੇ ਸੈਲੋ ਪਲਾਂਟ ਬਣ ਰਹੇ ਆ ਨਾ, ਉਹਨਾਂ ਦੇ ਵਿਰੋਧ ਦੇ ਵਿੱਚ ਲਾਇਆ, ਉਹਨਾਂ ਦਾ ਕੰਮ ਬੰਦ ਕਰਾਇਆ ਵਾ। ਕੰਮ ਬੰਦ ਕਰਾਉਣ ਤੋਂ ਬਾਅਦ ਇਹ ਜਿਹੜਾ ਧਰਨਾ ਇੱਥੇ ਲਗਾਤਾਰ ਛੀਨਾ ਰੇਲ ਵਾਲਾ ਪਿੰਡ ਆ, ਉਹਦੀ ਜਿਹੜੀ ਜ਼ਮੀਨ ਖਰੀਦੀ ਉਹਦੇ ਵਿੱਚ ਪਲਾਂਟ ਬਣ ਰਿਹਾ ਸੀ, ਉੱਥੇ ਚੱਲ ਰਿਹਾ ਅਤੇ ਦਿਨ ਰਾਤ ਚੱਲ ਰਿਹਾ, 24 ਘੰਟੇ ਇੱਥੇ ਲੰਗਰ, ਚਾਹ ਪਾਣੀ ਸਾਰਾ ਕੁਝ ਚੱਲ ਰਿਹਾ, ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਦਿਨ ਰਾਤ ਰਹਿ ਰਹੇ ਭਰੀ ਠੰਡ ਦੇ ਵਿੱਚ ਵੀ। ਕੀ ਕਹਿਣਾ ਚਾਹੁੰਦੇ ਮੋਦੀ ਸਰਕਾਰ? ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਰੱਦ ਕਰ ਲੈ, ਨਹੀਂ ਤਾਂ ਜਿਹੜਾ ਆਭਾਰ ਆ ਨਾ ਕਿਸਾਨਾਂ ਦਾ ਪੂਰੇ ਹਿੰਦੁਸਤਾਨ ਦਾ ਹੀ, ਉਹਦੇ ਵਾਸਤੇ ਬਹੁਤ ਔਖੀ ਘੜੀ ਆਉਣ ਵਾਲੀ ਹੈ, ਆਭਾਰ ਰੁਕਣ ਵਾਲਾ ਨਹੀਂ ਗਾ। ਮੀਟਿੰਗਾਂ ਦਾ ਫੈਸਲਾ ਤਾਂ ਕੋਈ ਹੈ ਹੀ ਨਹੀਂ, ਕੋਈ ਮੁੱਦਾ ਹੀ ਨਹੀਂ, ਜਿਹੜਾ ਪਰਾਲੀ ਵਾਲਾ ਤਾਂ ਉਹਨੂੰ ਐਵੇਂ ਹੀ ਲਮਕਾਈ ਜਾ ਰਹੇ ਆ, ਪਰਾਲੀ ਦਾ ਕੋਈ ਮੁੱਦਾ ਹੀ ਨਹੀਂ ਗਾ। ਮੁੱਦਾ ਤਾਂ ਤਿੰਨ ਮੇਨ ਜਿਹੜੇ ਕਾਨੂੰਨ ਨੇ ਗਲਤ ਬਣੇ ਕਿਸਾਨਾਂ ਦੇ ਵਿਰੁੱਧ ਨੇ, ਉਹ ਰੱਦ ਕਰਨ ਦਾ ਵਾ। ਜਿੰਨਾ ਚਿਰ ਉਹ ਰੱਦ ਨਹੀਂ ਹੁੰਦਾ ਉਨਾ ਚਿਰ ਇੱਦਾਂ ਹੀ ਐਜੀਟੇਸ਼ਨ ਸਾਡੀ ਇੱਥੇ ਵੀ ਚਲੀ ਜਾਵੇਗੀ ਅਤੇ ਦਿੱਲੀ ਵੀ ਮਤਲਬ ਚਲੀ ਜਾਵੇਗੀ। ਇੱਕ ਆਪਣੀ ਜਿਹੜੀ ਕਮਿਊਨਿਟੀ ਆ ਬਹੁਤ ਵਧੀਆ ਉਭਾਰ ਉਹਦਾ ਇਹ ਐਜੀਟੇਸ਼ਨ ਦੇ ਵਿੱਚ ਸ਼ੋ ਹੋਇਆ ਵਾ। ਇਹ ਸਾਨੂੰ ਹੋਰ ਕੁਛ ਸ਼ੋ ਕਰਦੇ ਸੀਗੇ ਸਿੱਖ ਕਮਿਊਨਿਟੀ ਨੂੰ, ਅਤੇ ਇਹ ਜਿਹੜਾ ਵਾ ਇਹ ਅੱਤਵਾਦੀ ਸ਼ੋ ਕਰਦੇ ਸੀ, ਪਰ ਜੋ ਹੁਣ ਜਿਵੇਂ ਜਿਵੇਂ ਇਹ ਕੰਮ ਹੋਇਆ ਵਾ ਉਹਦੇ 'ਚੋਂ ਸਾਡੀ ਜਿਹੜੀ ਆ ਫਿਗਰ ਆ ਵਧੀਆ ਢੰਗ ਨਾਲ ਹੋਰ ਵੀ ਅੱਗੇ ਨਾਲੋਂ ਵੀ ਨਿਖਰ ਕੇ ਸਾਹਮਣੇ ਆਈ ਆ। ਲੱਗਦਾ ਕਿਉਂ ਇੰਨਾ ਟਾਈਮ ਪਾਇਆ ਜਾ ਰਿਹਾ, ਫਿਰ ਕਿਉਂ ਨਹੀਂ ਜਲਦ ਫੈਸਲਾ ਲਿਆ ਜਾ ਰਿਹਾ? ਇਹਦੀ ਮਜਬੂਰੀ ਆ, ਉੱਧਰੋਂ ਕਮਿਸ਼ਨਾਂ ਅਡਾਨੀ ਅੰਬਾਨੀ ਤੋਂ ਉਹਨਾਂ ਲਈਆਂ ਨੇ, ਉਹਦਾ ਕਰਕੇ ਉਹ ਹੁਣ ਉਹਦੇ ਗਲੇ ਦੀ ਹੱਡੀ ਬਣਿਆ ਇਹ ਕਾਨੂੰਨ। ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਮੋਦੀ ਨੂੰ ਚੰਗੀ ਤਰ੍ਹਾਂ ਹੱਥ ਜੋੜ ਕੇ, ਮਿਹਨਤ ਨਾਲ ਵੀ ਕਹਿ ਚੁੱਕੇ ਹਾਂ ਕਿ ਸਾਡੇ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਬੰਦ ਕਰੋ, ਜੇ ਕਿ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਰੋਟੀ ਖਾ ਸਕੇ, ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਿਲਕੁਲ ਰੋਟੀ ਨਹੀਂ ਮਿਲਣੀ ਜੋ ਇਹਨੇ ਬਾਨੀ ਡਾਨੀ ਗਾੜੀ ਕਰ ਦਿੱਤੇ ਆ। ਵੇਖੋ ਜੀ, ਸਾਡਾ ਏਅਰਪੋਰਟ ਵਿਕ ਗਿਆ, ਤੁਹਾਨੂੰ ਪਤਾ ਹੀ ਆ,
रेलवे वेख्या तुहानू पता ही आ, बत्ती साडी वेखी तुहानू पता ही आ, ते हुण साडे कोल रह की गया एक मासा मासा मिट्टी रह गई, वह भी खोनी चाहुंदा वा, खुस गई आ, जे मिलेगी तो साडी किस्मत आ, जे सानू साथ देवेगी ते, पर नहीं तो बानी डानी तो अपना मोदी इहदा नहीं कोई सलाह नहीं आ कि सानू ये दे देणगे, पर असी उठांगे नहीं, असी धरना रखांगे और धरना तद चुकांगे जद तिन्ने कानून काले ऐ बंद करेगा फिर।